ਸ਼ਾਰਟ ਸਰਕਟ ਕਾਰਨ ਘਰ ਦੇ ਵਿੱਚ ਲੱਗ ਗਈ ਅੱਗ। 40,000 ਰੁਪਏ ਕੈਸ਼ ਅਤੇ ਹੋਰ ਸਮਾਨ ਸੜ ਕੇ ਹੋਇਆ ਸਵਾਹ। ਦੱਸਦੇ ਕਿ ਲੁਧਿਆਣਾ ਦੇ ਰਾਮਨਗਰ ਇਲਾਕੇ ਦੇ ਵਿੱਚ ਉਦੋਂ ਹਾਹਾਕਾਰ ਮੱਚ ਗਈ ਜਦੋਂ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਜਿਸ ਵਿਅਕਤੀ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਉਸਦਾ ਨਾਮ ਫੁਰਗਾਨੀ ਦੱਸਿਆ ਜਾ ਰਿਹਾ ਹੈ ਤੇ ਉਸਦੇ ਕਹਿਣ ਮੁਤਾਬਿਕ ਉਹ ਸਵੇਰੇ 7 ਵਜੇ ਮੰਡੀ ਚਲਾ ਗਿਆ ਸੀ ਤੇ ਜਦ ਘਰ ਦੇ ਵਿੱਚ ਅੱਗ ਲੱਗੀ ਤਾਂ ਮੁਹੱਲਾ ਵਾਸੀਆਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਇਤਲਾਹ ਕੀਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਤੇ ਸ਼ਖਸ ਦੇ ਕਹਿਣ ਮੁਤਾਬਕ ਉਸਦੇ ਘਰ ਦੇ ਵਿੱਚ 40,000 ਰੁਪਏ ਦੀ ਨਕਦੀ ਸੀ ਜੋ ਕਿ ਸੜ ਕੇ ਸਵਾਹ ਹੋ ਗਈ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿੰਨੀ ਭਿਆਨਕ ਘਰ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਕਾਰਨ ਘਰ ਦੇ ਵਿੱਚ ਪਿਆ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਤੇ ਇਸ ਨਾਲ ਘਰ ਦੇ ਵਿੱਚ 40,000 ਰੁਪਏ ਦੀ ਨਕਦੀ ਪਈ ਸੀ ਉਹ ਵੀ ਰਾਖ ਹੋ ਜਾਂਦੀ ਹੈ। ਨੌਜਵਾਨ ਦੱਸਣ ਮੁਤਾਬਿਕ ਉਹ ਘਰ ਤੋਂ ਬਾਹਰ ਸੀ, ਸਵੇਰੇ 7 ਵਜੇ ਮੰਡੀ ਚਲਾ ਗਿਆ ਸੀ, ਉਸ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਤਾਂ ਗੁਆਂਢੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਦਾ। ਪਹਿਲਾਂ ਤਾਂ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦ ਅੱਗ 'ਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਜਾਂਦਾ। ਮੌਕੇ 'ਤੇ ਦਮਕਲ ਵਿਭਾਗ ਦੀ ਟੀਮ ਪਹੁੰਚਦੀ ਹੈ ਅਤੇ ਅੱਗ 'ਤੇ ਕਾਬੂ ਪਾਉਂਦੀ ਹੈ ਪਰ ਇਸ ਨਾਲ ਇਸ ਸ਼ਖਸ ਦਾ ਘਰ ਸੜ ਕੇ ਸਵਾਹ ਹੋ ਗਿਆ ਅਤੇ ਲੱਖਾਂ ਦਾ ਸਮਾਨ ਵੀ ਰਾਖ ਹੋ ਗਿਆ। ਮੇਰਾ ਨਾਮ ਫੁਰਕਾਨ ਹੈ ਜੀ, ਯਹੀਂ ਪਰ ਰਹਿਤੇ ਹੈਂ ਇਸ ਕਮਰੇ ਮੇਂ। ਆਗ ਲੱਗਣੇ ਕਾ ਕਾਰਨ ਕਿਆ ਹੈ, ਮਤਲਬ ਆਪਕੇ ਜੋ ਘਰ ਕੇ ਅੰਦਰ ਆਗ ਲੱਗੀ, ਆਪਕੋ ਕੈਸੇ ਸੂਚਨਾ ਪਤਾ ਲੱਗੀ ਹੈ? ਮੇਰੇ ਕੋ ਤੋ ਫੋਨ ਕਿਆ ਗਿਆ ਸਾਹਿਬ, ਮੈਂ ਮੰਡੀ ਗਿਆ ਥਾ ਔਰ ਯਹਾਂ ਆ ਕੇ ਦੇਖਾ ਤੋ ਸਭ ਮੁਹੱਲੇ ਵਾਲੇ ਇਕੱਠੇ ਹੈ, ਮੇਰਾ ਸਭ ਕੁਛ ਜਲ ਗਿਆ। ਮੰਡੀ ਸੇ ਵਾਪਸੀ ਗਿਆ ਆਇਆ ਤੋ ਸਭ ਇਹ ਵਾਪਸੀ ਮੈਂ ਦੇਖਾ ਤੋ ਸਭ ਭੀੜ ਲਗਾ ਹੈ। ਸੁਬਹਾ ਮੰਡੀ ਗਿਆ ਥਾ, ਸੁਬਹਾ ਗਿਆ ਥਾ ਜੀ, ਮੈਂ ਉਠਾ ਤੋ 6 ਵਜੇ ਥਾ, ਮੈਂ 7-8 ਵਜੇ ਮੰਡੀ ਚਲਾ ਗਿਆ ਥਾ। 8 ਵਜੇ ਇਨ ਬਾਬੂ ਜੀ ਕੇ ਪਾਸ ਮੈਂ ਇਨਸੇ ਮਿਲ ਕਰਕੇ ਗਿਆ ਹੂੰ, ਬਾਬੂ ਮੈਂ ਮੰਡੀ ਜਾ ਰਹਾ ਹੂੰ, ਇਨਕੋ ਕਿਰਾਇਆ ਵੀ ਦੇ ਕੇ ਗਿਆ ਥਾ, ਇੱਕ ਬੰਦੇ ਸੇ ਮਿਲ ਕਰਕੇ ਆ ਗਿਆ ਥਾ, ਬਾਕੀ ਹਾਲ ਇਨਸੇ ਸਭ ਕੁਛ ਸਹੀ ਸਲਾਮਤ ਛੋੜ ਕਰਕੇ ਗਿਆ ਥਾ। ਨਹੀਂ ਜੀ ਨਹੀਂ, ਉਸਮੇ ਤੋ ਸਿਲੰਡਰ ਮੈਂ ਗੈਸ ਵੀ ਨਹੀਂ ਥਾ, ਮੈਂ ਇੱਕ 15-20 ਦਿਨ ਸੇ ਕੁਛ ਨਹੀਂ ਥਾ ਉਸਮੇ। ਆਗ ਲੱਗਣੇ ਕਾ ਕਾਰਨ ਕਿਆ, ਬਿਜਲੀ ਉਜਲੀ ਸ਼ੋਰਟ ਹੋ ਗਿਆ ਹੋਗਾ ਜਾਂ ਕੁਛ ਬਾਤ ਐਸਾ ਹੋ ਗਿਆ ਹੈ? ਨੁਕਸਾਨ ਤਾਂ ਸਰ 40,000 ਰੁਪਏ ਤੋਂ ਕੈਸ਼ ਪੜਾ ਥਾ ਮੇਰਾ ਇਸਮੇ, ਬਾਕੀ ਇਹ ਕਰੀਬ ਕੁਛ 1,00,000 ਰੁਪਏ ਕੇ ਲਗਭਗ ਤੋ ਸਮਾਨ ਮੇਰਾ ਥਾ, ਇਹ ਕਰੇਟੇ ਪਰੇਟੇ ਸਮਾਨ ਸਮੂਨ ਬਹੁਤ ਸਾਰਾ ਥਾ, ਅੜਗਮ ਸੜਗਮ ਪੱਖੇ ਸੰਖੇ ਸਭ ਥਾ, ਸਭ ਇਹੀ ਨੁਕਸਾਨ ਹੋਗਾ। ਹੋ ਗਿਆ ਹੋਗਾ 70-80,000 ਰੁਪਏ ਕਾ ਨੁਕਸਾਨ। ਹਾਂਜੀ ਹਾਂਜੀ, ਕੈਸ਼ ਥਾ ਜੀ 40,000 ਰੁਪਏ, ਬਤਾ ਤੋ ਰਹਾ ਹੂੰ। ਹਾਂਜੀ ਹਾਂ, ਮੁਹੱਲੇ ਵਾਲੋ ਕੋਈ ਪਤਾ ਹੋਗਾ, ਮੁਹੱਲੇ ਵਾਲੋ ਨਹੀਂ ਬੁਝਾਈਏ, ਮੈਂ ਤਾਂ ਥਾ ਹੀ ਨਹੀਂ ਹਾਂ, ਮੈਂ ਤਾਂ ਅਭੀ ਆ ਕੇ ਆਪਕੇ ਸਾਹਮਣੇ ਹੀ ਆ ਰਹਾ ਹੂੰ, ਮੇਰੇ ਕੋ ਤਾਂ ਮੈਨੂੰ ਉਹਨੇ ਬਤਾਇਆ ਕਿ ਐਸੇ ਐਸੇ ਬਾਤ ਹੋ ਗਿਆ, ਤਬ ਮੈਂ ਵਹਾਂ ਸੇ ਦੌੜਾ ਹੂੰ। ਕੁਲਵੰਤ ਸਿੰਘ ਹੈ ਜੀ, ਇਹ ਲਕਸ਼ਮਣ ਨਗਰ ਰਾਮਨਗਰ ਦਾ ਏਰੀਆ ਜੀ। ਅੱਗ ਲੱਗਣ ਦਾ ਕੀ ਕਾਰਨ ਹੈ ਜਿਹੜਾ ਤੁਹਾਡੀ ਇੱਕ ਵੀਡੀਓ ਦੇ ਵਿੱਚ? ਅਕਸਰ ਸਰ ਸਰਕਟ ਸ਼ੋਰਟ ਹੋਇਆ ਬਿਜਲੀ ਦਾ, ਜਿਸਤਾਂ ਲਮੀਰ ਹਾਂ ਜੀ। ਕੀ ਸਮਾਨ ਸੀਗਾ ਅੰਦਰ, ਕਿੰਨਾ ਕੁ ਜਾਨੀ ਨੁਕਸਾਨ ਹੋਇਆ? ਜਾਨੀ ਨੁਕਸਾਨ ਕੁਛ ਨਹੀਂ ਹੋਇਆ ਜੀ, ਬਚਾਅ ਹੋ ਗਿਆ, ਬੰਦਾ ਬਾਹਰ ਗਿਆ ਹੋਇਆ, ਕੁੰਡਾ ਲਾ ਕੇ ਅੰਦਰ ਬਸ ਫਰੂਟ ਸੀ ਦਾ ਕੰਮ ਸੀ ਇਹਦਾ, ਬੈੱਡ ਸੀ, ਪੇਟੀਆਂ ਪੁੱਟੀਆਂ ਜੋ ਵੀ ਇਹਦਾ ਘਰੇਲੂ ਸਮਾਨ ਸੀਗਾ ਉਹ ਸੜ ਕੇ ਸਾਰਾ ਸਵਾਹ ਹੋ ਗਿਆ। ਹਾਂਜੀ, ਮਤਲਬ ਕੋਈ ਕਿੰਨਾ ਕੁ ਨੁਕਸਾਨ ਅੰਦਾਜ਼ਾ ਕਰਦੇ ਜੀ? ਨੁਕਸਾਨ ਦੇਖੋ ਜੀ, ਉਹੀ ਦੱਸ ਸਕਦਾ ਆਪਾਂ ਤਾਂ ਇਸ ਚੀਜ਼ ਦਾ ਪਤਾ, ਕਿੰਨਾ ਮਾਲ ਸੀ, ਫਰੂਟ ਇਕੱਠਾ ਲਿਆ ਕੇ ਰੱਖਦਾ ਜੀ, ਫਰੂਟ ਇਕੱਠਾ ਲਿਆ ਕੇ ਰੱਖਦਾ ਜੀ ਗੱਡੀ ਭਰ ਕੇ,
ਸੇਲ ਕਰਦੇ ਹੌਲੀ ਹੌਲੀ ਇਕੱਠਾ ਮਾਲ ਲਿਆਉਂਦਾ ਸੀਗਾ, ਨੁਕਸਾਨ ਤਾਂ ਪੈਸੇ ਉਹਦਾ ਬਚਾਇਆ ਹੋਇਆ ਬਹੁਤ ਹੈ। ਇਹ ਨਹੀਂ ਨਹੀਂ ਇਹ ਹੁਣ ਹੀ ਆਈਆਂ ਜੀ, ਅੱਗ ਲੱਗਣ ਤੋਂ ਬਾਅਦ ਹੀ ਆਈਆਂ। ਅੱਗ ਲੱਗਣ ਦਾ ਕਾਰਨ ਇਹ ਸੜਕਾਂ ਛੋੜੀ ਆ, ਬਿਜਲੀ ਸੜਕਾਂ ਛੋਟ ਹੈ। ਬਾਕੀ ਮੌਕੇ ਦੇ ਲੋਕਾਂ ਨੇ ਬਹੁਤ ਮਦਦ ਕੀਤੀ, ਬਹੁਤ ਮੁਹੱਲੇ ਵਾਲਿਆਂ ਨੇ ਸਾਥ ਦਿੱਤਾ, ਪਾਣੀ ਪਾਇਆ ਭਜਾਇਆ ਉਹਨਾਂ ਨੇ। ਉਸ ਤੋਂ ਬਾਅਦ ਫਿਰ ਫਾਇਰ ਵਾਲੀ ਗੱਡੀ ਆਈ ਹੈ, 15-20 ਮਿੰਟ 'ਚ ਉਹ ਵੀ ਟਾਈਮ ਨਾਲ ਪਹੁੰਚ ਗਈ ਹੈ। ਉਹਨੇ ਆ ਕੇ ਬਹੁਤ ਜਲਦੀ ਕੰਟਰੋਲ ਕੀਤਾ ਅੱਗ ਨੂੰ, ਵੀ ਬਹੁਤ ਬਚਾਅ ਹੋ ਗਿਆ, ਜਾਨੀ ਬਚਾਅ ਹੋ ਗਿਆ, ਜਾਨੀ ਨੁਕਸਾਨ ਹੋ ਗਿਆ। ਚਾਹੀ ਹੈ ਜੀ, ਉਹਨੂੰ ਉਹਨੇ ਫੋਨ ਨਹੀਂ ਚੱਕਿਆ, ਉਹ ਬਿਜੀ ਸੀ ਕੰਮ ਦੇ ਵਿੱਚ, ਕਦੇ ਮੰਡੀ ਗਿਆ ਆ ਮੇਰੇ ਖਿਆਲ, ਅਤੇ ਸਬਜ਼ੀ ਮੰਡੀ ਮੰਡੀ ਸਮਾਨ ਲੈਣ ਗਿਆ ਨਾ। ਅਤੇ ਹਾਂਜੀ ਪ੍ਰਸ਼ਾਸਨ ਵਾਲੇ ਕੋਈ ਨਹੀਂ ਆਈ। ਨਹੀਂ ਪਤਾ ਨਹੀਂ, ਮੁਹੱਲੇ ਨੇ ਕੰਪਲੇਂਟ ਕੀਤੀ, ਮੈਂ ਤਾਂ ਆਇਆ, ਮੈਂ ਤਾਂ ਆਪਣੇ ਇੱਧਰ ਹੀ ਪੈ ਗਿਆ, ਆਪਣੇ ਮੈਂ ਤਾਂ ਆਪਣੀ ਟੈਨਸ਼ਨ 'ਚ ਆ ਗਿਆ। ਉਹ ਖਾਲੀ ਸੀ ਜੀ, ਮੇਰੇ ਹਿਸਾਬ ਨਾਲ ਜੇ ਹੁੰਦਾ ਬਹੁਤ ਵੱਡਾ ਨੁਕਸਾਨ ਹੋਣਾ ਸੀ, ਬਹੁਤ ਵੱਡਾ ਨੁਕਸਾਨ ਹੋਣਾ। ਨਹੀਂ ਨਹੀਂ ਕੁਛ ਨਹੀਂ ਹੈ। ਓਕੇ।